ਸਤਿਕਾਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੁਹਾਡੇ ਆਪਣੇ ਸ਼ੋਅ ਕਿੰਚਾਵਾ ਪਰਦੇਸ ਦੇ ਵਿੱਚ ਲਾਈਵ ਸ਼ੋਅ ਲੈ ਕੇ ਹਾਜ਼ਰ ਹੋ ਗਿਆ ਹਮੇਸ਼ਾ ਜਿੰਨਾ ਉਸੇ ਟਾਈਮ ਦੇ ਉੱਤੇ ਹਰ ਰੋਜ਼ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਰੂਬਰੂ ਕਿਸੇ ਨਾ ਕਿਸੇ ਐਕਸਪਰਟ ਨੂੰ ਕਰਵਾਇਆ ਜਾਵੇ ਉਸ ਐਕਸਪਰਟ ਨੂੰ ਕਰਵਾਇਆ ਜਾਵੇ ਜੋ ਜੈਨੂਇਨ ਤਰੀਕੇ ਦੇ ਨਾਲ ਬਹੁਤ ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਇੱਥੇ ਆ ਕੇ ਪ੍ਰੋਪਰ ਨੌਲੇਜ ਦੇ ਕੇ ਜਾਣ ਸੋ ਅੱਜ ਵੀ ਅਸੀਂ ਇਨਵਾਈਟ ਕੀਤਾ ਜੀ ਸਟੱਡੀ ਵੀਜ਼ਾ ਦੀ ਅਸੀਂ ਗੱਲ ਕਰਾਂਗੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਗਰਾਮਸ ਤੁਹਾਨੂੰ ਮਿਲ ਸਕਦੇ ਨੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਕਿਹੜੀ ਕੰਟਰੀ 'ਚ ਜਾਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਨਾਲ ਜਾ ਸਕਦੇ ਹੋ ਕਿਹੜਾ ਇਨਟੇਕ ਮਿਲੇਗਾ ਸੋ ਤਮਾਮ ਜਿੰਨੇ ਵੀ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਉਹਦੇ ਜਵਾਬ ਮਿਲਦੇ ਨੇ ਮੈਂ ਤਾਂ ਐਕਸਪਰਟ ਕੋਲੋਂ ਸਵਾਲ ਪੁੱਛਦੀ ਪੁੱਛਣੀ ਆ ਪਰ ਤੁਸੀਂ ਕੀ ਕਰਨਾ ਜੀ ਜਿਹੜੇ ਨੰਬਰ ਨੀਚੇ ਫਲੈਸ਼ ਹੋ ਰਹੇ ਨੇ ਇਹਨਾਂ ਤੇ ਕਾਲ ਕਰਨੀਆਂ ਨੇ ਫ੍ਰੀ ਆਫ ਕਾਸਟ ਜਿਹੜਾ ਤੁਹਾਨੂੰ ਜਵਾਬ ਮਿਲੇਗਾ ਐਕਸਪਰਟ ਜੋ ਅੱਜ ਸਾਡੇ ਨਾਲ ਹੋਣਗੇ ਉਹ ਮੈਂ ਦੱਸ ਦਿੰਦੀ ਹਾਂ ਨੇਵੀਗੇਟਰ ਤੋਂ ਮੈਡਮ ਵੀਨਾ ਗੋਇਲ ਜੀ ਸ਼ੋਅ ਦੇ ਵਿੱਚ ਸਵਾਗਤ ਕਰ ਲੈਣੇ ਹਲੋ ਮੈਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਸੋ ਜੀ ਆਡੀਅੰਸ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ ਜੋ ਸਵਾਲ ਹੈ ਇਹਨਾਂ ਨੰਬਰ ਤੇ ਤੁਸੀਂ ਕਾਲ ਕਰਨੀ ਆ ਸੋ ਮੈਮ ਅੱਜ ਫਿਰ ਸਾਡੀ ਆਡੀਅੰਸ ਨੂੰ ਤੁਸੀਂ ਕਿਸ ਟੌਪਿਕ ਤੇ ਨੌਲੇਜ ਦੇਣ ਵਾਲੇ ਹੋ ਟੌਪਿਕ ਤੇ ਕੋਈ ਵੀ ਤੁਸੀਂ ਚੱਕ ਲਓ ਮੇਰਾ ਇਹ ਹੈ ਕਿ ਹੁਣ ਐਗਜ਼ਾਮ ਹੋਏ ਆ ਬੱਚਿਆਂ ਦੇ ਜੀ ਐਂਡ ਸਟੇਟ ਬੋਰਡਸ ਦੇ ਤੇ ਸਾਰੇ ਖਤਮ ਹੋ ਚੁੱਕੇ ਹਨ ਤੇ ਉਹਨਾਂ ਦੇ ਵਾਸਤੇ ਜਦ ਬਾਹਰ ਜਾਣ ਦਾ ਸਭ ਤੋਂ ਪਹਿਲਾ ਸਟੈਪ ਹੈ ਆਈਐਲਟਸ ਔਰ ਕਾਉਂਸਲਿੰਗ अच्छा काउंसलिंग दे विच मैं ये कहूंगी जब तुसी सीरियस हो प्लीज तुसी जगह जगह घूम के ना इतना ज्यादा मिसगाइडेड हो रहे हो मेरा जेड़ा इत्थे आण दा मकसद है वो है कि तुहानू सही सलाह देना वाकई च साडे कोल ऑफिस च टाइम नहीं हुंदा इत्थे आण तक पर तुसी एक जरिया दिता है चैनल ने एक जरिया दिता है सही स्टूडेंट्स तक पहुंचण दा ते तुसी अपना भी टाइम ना वेस्ट करना प्लीज़ साडा भी नहीं वेस्ट करना रीज़न मीन कि कई बार की है स्टूडेंट बिल्कुल भी जेन्यून नहीं है बस पुछ के टाइम वेस्ट करना साडा बहुत कीमती टाइम है असी अच्छे स्टूडेंट वास्ते लगाना चाह रहे हैं हूँ जेडे स्टूडेंट जिन्होंने एग्जाम दे लिया उन्होंने सब तो पहले बाहर जाना है केड़ी कंट्री कंट्री का चोन कॉलेज का चोन एंड की कोर्स लैना तीन चीज़ा हो गई चौथी है कि आईएलटीएस ਅਤੇ ਆਇਲਸ ਜਿਹੜਾ ਸਾਡਾ ਇੰਸਟੀਚਿਊਟ ਟੋਟਲ ਫ੍ਰੀ ਆਫ ਕਾਸਟ ਕਰਾਉਂਦਾ ਨੋ ਚਾਰਜਿਸ ਤੁਸੀਂ ਕਹੋਗੇ ਕੀ ਫਾਇਦਾ ਕਿਉਂਕਿ ਤੁਸੀਂ ਬਾਹਰ ਜਾ ਰਹੇ ਹੋ ਤੁਸੀਂ ਫਾਈਲ ਲਗਾ ਰਹੇ ਹੋ ਜੇ ਕਿੱਧਰੇ ਹੋਰ ਲਗਾਓਗੇ ਉਹ ਤੁਹਾਨੂੰ ਲੰਬੀ ਆਇਲਸ ਕਰਾਉਣਗੇ ਉਹਨਾਂ ਦੇ ਪੈਸੇ ਬਣਨ ਜੇ ਸਮਝੋ ਅਸੀਂ 15 ਦਿਨ 'ਚ ਕਰਾ ਸਕਦੇ ਹਾਂ ਜਾਂ ਮਹੀਨੇ 'ਚ ਜਾਂ 2 ਮਹੀਨੇ 'ਚ ਉੱਥੇ ਡਬਲ ਟਾਈਮ ਲੱਗੇਗਾ ਅਤੇ ਉਹ ਤੁਹਾਡਾ ਟਾਈਮ ਵੇਸਟ ਹੈ ਫਿਰ ਤੁਸੀਂ ਜਦ ਤਿਆਰ ਨਹੀਂ ਹੋਏ ਆਇਲਸ ਵਾਸਤੇ ਐਗਜ਼ਾਮੀਨੇਸ਼ਨ ਫੀਸ ਜਿਹੜੀ ਤੁਹਾਡੀ ਜਾ ਰਹੀ ਹੈ 13-14 ਹਜ਼ਾਰ ਉਹ ਵੀ ਤੁਹਾਡੀ ਜਾਇਆ ਜਾਣੀ ਫਿਰ ਦੁਬਾਰਾ ਬੱਚਾ ਡਿਸਕਰੇਜ ਹੋ ਜਾਂਦਾ ਹੈ ਆਇਲਸ ਹਮੇਸ਼ਾ ਅੱਛੀ ਜਗ੍ਹਾ ਤੋਂ ਪ੍ਰੈਪਰੇਸ਼ਨ ਕਰੋ ਜਿੱਥੇ ਗਰੰਟਡ ਰਿਜ਼ਲਟਸ ਆਣ ਰਾਈਟ ਉਹ ਸਾਡਾ ਅੱਜ ਇੰਨਾ ਤਜ਼ਰਬਾ ਹੈ 26 ਸਾਲ ਦਾ ਤਜ਼ਰਬਾ ਹੈ ਅਸੀਂ ਜਿਹੜੇ ਇੰਸਟੀਚਿਊਟ ਆਇਲ ਕਰਾ ਰਹੇ ਹਾਂ ਕਿੱਦਾਂ ਕਿੱਦਾਂ ਬੱਚੇ ਨੂੰ ਅੱਗੇ ਲੈ ਕੇ ਜਾਣਾ ਹੁਣ ਨੈਕਸਟ ਸਟੈਪ ਕੀ ਆ ਜਾਂਦਾ ਕਿ ਬਾਹਰ ਜਾਣਾ ਹੈ ਤੇ ਫੰਡਿੰਗ ਦੀ ਕੀ ਲੋੜ ਹੈ ਹੁਣ ਕੈਨੇਡਾ ਉੱਥੇ ਕੋਈ ਫੰਡ ਪੁਰਾਣੇ ਸ਼ੋ ਕਰਨ ਦੀ ਲੋੜ ਨਹੀਂ ਹੈ ਜੇ SDS ਪ੍ਰੋਫਾਈਲ ਹੈ 6 ਬੈਂਡ ਈਚ ਹੈ ਔਰ ਜੇ 6 ਬੈਂਡ ਈਚ ਹੈ ਤੁਹਾਨੂੰ ਕੋਈ ਲੋੜ ਹੀ ਨਹੀਂ ਨਾਨ SDS ਚ ਜ਼ਰੂਰ ਤੁਸੀਂ ਇਨਕਮ ਟੈਕਸ ਰਿਟਰਨ ਜਾਂ ਫੰਡਿੰਗ ਥੋੜੀ ਸ਼ੋ ਕਰਨੀ ਹੈ ਓਕੇ ਠੀਕ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਸੀ ਹੁਣ ਕੈਨੇਡਾ ਬੜਾ ਇੰਪੋਰਟੈਂਟ ਹੈ ਸੈਪਟੰਬਰ ਇਨਟੇਕ ਆਲਮੋਸਟ ਕੰਪਲੀਟ ਹੈ ਕਿਸੇ ਕਾਲਜ 'ਚ ਥੋੜ੍ਹੀ ਜਿਹੀ ਸੀਟਾਂ ਬਚੀਆਂ ਜਿਹੜਾ ਮੈਂ ਕਹਿ ਦਿੰਦੀ ਹਾਂ ਕਿ ਇੱਕ ਬਹੁਤ ਐਕਸਪੈਂਸਿਵ ਪ੍ਰੋਗਰਾਮ ਹੈ ਬੋ ਵੈਲੀ ਕਾਲਜ ਉਹਦੇ ਵਿੱਚ ਬਹੁਤ ਐਕਸਪੈਂਸਿਵ ਪ੍ਰੋਗਰਾਮ ਹੈ ਗੇਮ ਡਿਵੈਲਪਮੈਂਟ ਦਾ ਜੀ ਮੈਮ ਇਹ ਮੈਂ ਪ੍ਰੋਗਰਾਮ ਬਾਰੇ ਗੱਲ ਕਰਾਂਗੀ ਕਾਲਜ ਬਾਰੇ ਵੀ ਗੱਲ ਕਰਾਂਗੀ ਪਰ ਪਹਿਲਾਂ ਕਾਲਰ ਹੈਲੋ 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 ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ ਕੀ ਨਾਮ ਹੈ ਤੁਹਾਡਾ ਕੰਚਨ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਵਰਕ ਪਰਮਿਟ ਵਰਕ ਪਰਮਿਟ ਪੁੱਛਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਤੇ ਨਹੀਂ ਜਾਣਾ ਹਨਾ ਓਕੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਂ ਇਹਨਾਂ ਨੂੰ ਪੁੱਛ ਲਾਂ ਤੁਹਾਡੀ ਕੁਆਲੀਫਿਕੇਸ਼ਨ BSc ਕਿਤੇ ਕਿੰਨਾ ਟਾਈਮ ਹੋ ਗਿਆ 5 ਸਾਲ ਹੋ ਗਏ ਦੇਖੋ ਸਾਨੂੰ ਤੁਹਾਡਾ ਪ੍ਰੋਫਾਈਲ ਦੇਖਣਾ ਪਏਗਾ ਤੁਸੀਂ ਆਸਟ੍ਰੇਲੀਆ ਦਾ ਕਰ ਸਕਦੇ ਹੋ ਐਂਡ ਇਟਲੀ ਦਾ ਫ੍ਰੀ ਆਸਟ੍ਰੀਆ ਕਰਨਾ ਚਾਹੁੰਦੇ ਹੋ ਆਸਟ੍ਰੀਆ ਕਹਿ ਰਹੀ ਹਾਂ ਆਸਟ੍ਰੇਲੀਆ ਨਹੀਂ ਕਹਿ ਰਹੀ ਹਾਂ ਜੀ ਜੀ ਠੀਕ ਹੈ ਜਰਮਨੀ ਦੇ ਨਾਲ ਹੈ ਆਸਟ੍ਰੇਲੀਆ ਠੀਕ ਹੈ ਆਸਟ੍ਰੀਆ ਦਾ ਕਰ ਸਕਦੇ ਹੋ ਨਾਲ ਤੁਸੀਂ
ਇਟਲੀ ਦਾ ਟੋਟਲ ਫ੍ਰੀ ਆਫ ਕਾਸਟ ਹੁੰਦਾ, ਉੱਥੇ ਕੋਈ ਫੀਸ ਨਹੀਂ ਹੁੰਦੀ ਹੈ, ਉਹ ਵੀ ਵੀਜ਼ਾ ਕਰ ਸਕਦੇ ਹੋ ਉਹਦੇ ਵਾਸਤੇ, ਕਿਉਂਕਿ ਫ੍ਰੀ ਐਜੂਕੇਸ਼ਨ ਹੈ, ਨੈਚੁਰਲ ਹੈ, ਸਾਨੂੰ ਇੱਕ ਰਿਕੁਆਇਰਡ ਪਰਸੈਂਟੇਜ ਚਾਹੀਦੀ ਹੈ, ਗ੍ਰੈਜੂਏਟ ਬੱਚਾ ਹੈ ਤੇ ਸਾਨੂੰ ਆਇਲਸ ਵੀ ਨਹੀਂ ਚਾਹੀਦੀ, ਉਹ ਵੀ ਤੁਸੀਂ ਕਰ ਸਕਦੇ ਹੋ, ਬਹੁਤ ਅੱਛੀ ਆਪਸ਼ਨ ਹੈ ਜੀ ਜੀ। ਤੇ ਉਹਦੇ ਵਾਸਤੇ ਤੁਸੀਂ ਡਾਕੂਮੈਂਟ ਸਾਰੇ ਭੇਜ ਦਿਓ, ਜਾਂ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ 9809090908, ਇਹਦੇ ਉੱਪਰ ਤੁਸੀਂ ਆਪਣਾ ਡਾਕੂਮੈਂਟ ਵਟਸਐਪ ਕਰ ਦਿਓ, ਸਾਡੇ ਜਿਹੜੇ ਆਫਿਸ ਤੋਂ ਸਟਾਫ ਹੈ ਤੁਹਾਨੂੰ ਕਾਲ ਕਰਕੇ ਤੁਹਾਡੀ ਐਲੀਜੀਬਿਲਟੀ ਦੱਸ ਦੇਗਾ, ਉਹ ਇੱਕ ਅੱਛਾ ਆਪਸ਼ਨ ਹੋ ਸਕਦਾ। ਬਿਲਕੁਲ ਜੀ, ਪ੍ਰੋਪਰ ਡਾਕੂਮੈਂਟਸ ਨੂੰ ਦੇਖਣ ਤੋਂ ਬਾਅਦ ਹੀ ਜਿਹੜਾ ਉਹ ਸਟੱਡੀ ਕੀਤਾ ਜਾ ਸਕਦਾ। ਸੋ ਤੁਸੀਂ ਵੀ ਰਹਿ ਗਏ ਹੋ ਜੀ, ਤੁਸੀਂ ਜਲਦੀ ਜਲਦੀ ਫੋਨ ਚੱਕੋ, ਕਿਉਂਕਿ ਅੱਧੇ ਘੰਟੇ ਦਾ ਸ਼ੋਅ ਹੁੰਦਾ ਹੈ, ਸ਼ੋਅ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਆ, ਟਾਈਮ ਬਿਲਕੁਲ ਵੇਸਟ ਨਹੀਂ ਕਰਨਾ, ਛੇਤੀ ਕਾਲਸ ਕਰਨੀਆਂ ਨੇ ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਪਾਉਣ। ਜੀ ਮੈਮ, ਮੈਂ ਕਾਲਜ ਦੇ ਬਾਰੇ ਦੱਸ ਰਹੀ ਸੀ, ਤੇ ਜਿੱਦਾਂ ਇੱਕ ਕੁਝ ਪ੍ਰੋਗਰਾਮਸ ਹੈ, ਤੁਸੀਂ ਇਹ ਕਹਿ ਲਓ ਕਿ ਗੇਮ ਡਿਵੈਲਪਮੈਂਟ ਹੈ, ਇੱਕ ਬੜਾ ਪਰਟੀਕੂਲਰ ਪ੍ਰੋਗਰਾਮ ਹੈ, ਤੁਸੀਂ ਜਦ ਦੇਖੋ ਕਿ ਇਸ ਟਾਈਮ ਹਰ ਬੱਚਾ ਮੋਬਾਈਲ ਦੇ ਗੇਮ ਖੇਲ ਰਿਹਾ ਜਾਂ ਆਉਂਦੇ ਜਾਂਦੇ, ਮੇਰੇ ਖਿਆਲ ਤੁਸੀਂ ਵੀ ਪ੍ਰੀਤ ਖੇਲਦੇ ਹੋ, ਠੀਕ ਹੈ, ਤੇ ਉਹ ਪ੍ਰੋਗਰਾਮ ਅੱਜ ਕੱਲ ਬਹੁਤ, ਜਿਹਨੂੰ ਕਹਿੰਦੇ ਪ੍ਰੋਗਰਾਮ ਵੀ ਥੋੜਾ ਜਿਹਾ ਐਕਸਪੈਂਸਿਵ ਹੈ, ਔਰ ਉਹਦੇ ਵਿੱਚ ਸੈਲਰੀ ਵੀ ਬਹੁਤ ਅੱਛੀ ਹੈ, ਨੈਚੁਰਲ ਹੈ, ਜਿਹਦੇ ਵਿੱਚ ਸੈਲਰੀ ਅੱਛੀ ਹੈ ਉਹਦੇ ਵਿੱਚ ਕੰਪਨੀਆਂ ਨੂੰ ਬੰਦੇ ਨਹੀਂ ਮਿਲਦੇ, ਔਰ ਜੇ ਬੰਦੇ ਨਹੀਂ ਮਿਲ ਰਹੇ ਤੇ ਉਹਨੂੰ ਜੋਬ ਆਫਰ ਬੜੀ ਈਜ਼ੀਲੀ ਮਿਲੇਗੀ। ਬੱਚੇ ਜਿਹੜੇ ਸੈਟਲ ਹੋਣ ਵਾਸਤੇ ਉੱਥੇ ਜਾ ਕੇ ਜੋਬ ਆਫਰ ਲੈਟਰ ਵਾਸਤੇ ਸਟਰਗਲ ਕਰਦੇ ਆ ਜਾਂ ਇੱਧਰ ਉੱਧਰ ਪੈਸੇ ਦਿੰਦੇ ਆ, ਇਹ ਸਾਰੀ ਚੀਜ਼ਾਂ ਇਹਦੇ ਵਿੱਚ ਜਿਹੜੀ ਕੰਪਲੀਟ ਹੋ ਜਾਂਦੀ, ਉਹ ਤੁਹਾਨੂੰ ਸੈਪਟੈਂਬਰ 'ਚ ਮਿਲ ਜਾਏਗਾ। ਜਿਹੜੇ ਪਰਟੀਕੁਲਰ ਅੱਛੇ ਪ੍ਰੋਗਰਾਮ ਹੈ ਜਿਹਨਾਂ ਦੀ ਲੋਕਾਂ ਨੂੰ ਨੌਲੇਜ ਨਹੀਂ ਹੈ, ਉਹਨਾਂ ਦੇ ਵਿੱਚ ਵੀਜ਼ਾ ਵੀ ਸਭ ਤੋਂ ਜ਼ਿਆਦਾ ਉਹਦੇ ਵਿੱਚ ਹੀ ਆਉਂਦਾ ਹੈ। ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇਹ ਜਿਹੜਾ ਇੱਦਾਂ ਦੇ ਪ੍ਰੋਗਰਾਮ ਲਵੋ, ਔਰ ਐਕਸਪੀਰੀਅੰਸਡ ਕੰਪਨੀ ਹੀ ਤੁਹਾਨੂੰ ਇਹ ਚੀਜ਼ਾਂ ਦੱਸ ਸਕਦੀ ਹੈ, ਜਿਹਨੇ ਖਾਲੀ ਟਰਾਈਆਂ ਮਾਰਨੀਆਂ ਉਹ ਤੁਹਾਨੂੰ ਕਦੀ ਚੰਗਾ ਪ੍ਰੋਗਰਾਮ ਨਹੀਂ ਦੇ ਸਕਦੇ। ਬਿਲਕੁਲ ਜੀ, ਬਿਲਕੁਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਕਿਹੜੇ ਕਾਲਜ ਚ ਲਗਾਈ ਹੈ ਤੁਸੀਂ ਕੈਨੇਡਾ? ਅੱਛਾ, 2021 ਚ ਲਗਾਈ ਸੀ ਸਪਤੰਬਰ ਚ, ਹੁਣ ਤਾਂ 2022 ਹੋ ਗਿਆ ਜੀ। ਜੀ ਮੈਮ, ਦੇਖੋ ਮੈਂ ਇਸ ਚੀਜ਼ ਤੇ ਕੋਈ ਕਮੈਂਟ ਨਹੀਂ ਕਰ ਸਕਦੀ, ਰੀਜ਼ਨ ਬੀਇੰਗ ਕਿ ਕਦ ਲਗਾਈ ਸੀ, ਇੰਨਾ ਟਾਈਮ ਹੋ ਗਿਆ, ਇਹ ਕਹਿ ਰਹੇ ਆ ਅਸੀਂ ਮਤਲਬ ਫਾਈਲ ਵੀ ਕਿੱਦਾਂ ਲਗਾਈ, ਅਗਲੇ ਨੇ ਕੀ ਪੇਸ਼ ਕੀਤਾ, ਬਿਲਕੁਲ, ਕਿਉਂਕਿ ਹਜੇ ਮੇਰੇ ਕੋਲ ਰਿਜੈਕਸ਼ਨ ਵਾਲੇ ਕਈ ਕੇਸ ਆ ਰਹੇ ਆ, ਮੇਰੇ ਕੋਲ ਇੱਕ ਕੇਸ ਹੈ 2019 ਦੀ ਸਟੂਡੈਂਟ ਦੀ, ਉਹਨਾਂ ਨੂੰ ਦੇ ਦਿੰਦੇ ਆ ਜੀ। ਤੁਸੀਂ ਆਪਣੀ ਇੱਕ ਵਾਰੀ ਜੋ ਵੀ ਕੰਸਲਟੈਂਟ ਜੋ ਵੀ ਏਜੰਟ ਦੇ ਨਾਲ ਕੀਤਾ ਉਹਨਾਂ ਦੇ ਨਾਲ ਪ੍ਰੋਪਰ ਉਹਨਾਂ ਨੂੰ ਪੁੱਛੋ ਕਿ ਸਾਨੂੰ ਜਵਾਬ ਦਿਓ ਇਹਦਾ, ਠੀਕ ਹੈ, ਅਗਰ ਨਹੀਂ ਹੁੰਦਾ ਤੇ ਤੁਸੀਂ ਕਿਸੇ ਹੋਰ ਦੇ ਥਰੂ ਲਗਵਾ ਲਓ, ਇਹੀ ਬੈਸਟ ਰਹੇਗਾ ਜੀ। ਦੇਖੋ ਇਸ ਚੀਜ਼ ਦਾ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਦੱਸੂਗੀ ਕਿ ਹਮੇਸ਼ਾ ਕਾਲਜ ਦੀ ਇਹਨਾਂ ਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਕਿੰਨੀ ਫੀਸ ਜਾ ਰਹੀ ਹੈ, ਵਾਕਈ 'ਚ ਇਹਨਾਂ ਦੇ ਡਾਕੂਮੈਂਟ ਜੈਨੂਇਨ ਲੱਗ ਰਹੇ ਆ, ਨਹੀਂ ਲੱਗ ਰਹੇ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਸਾਡੇ ਕੋਲ ਫਾਈਲ ਰਿਜੈਕਟ ਹੋ ਕੇ ਆਉਂਦੀ ਹੈ, ਨਾ ਸਟੂਡੈਂਟ ਕੋਲ ਰਿਜੈਕਸ਼ਨ ਲੈਟਰ ਹੁੰਦਾ, ਨਾ ਆਫਰ ਲੈਟਰ ਹੁੰਦਾ, ਉਹਦਾ ਕੇਸ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ, ਤੇ ਜੈਨੂਇਨ ਸਟੂਡੈਂਟ ਵਾਸਤੇ ਸਾਰੀ ਚੀਜ਼ਾਂ ਜੈਨੂਇਨ ਹੋਣੀ ਚਾਹੀਦੀਆਂ, ਫਿਰ ਹੀ ਤੁਹਾਡਾ ਕੇਸ, 5 ਵਾਰੀ ਵੀ ਤੁਹਾਡਾ ਰਿਫਿਊਜ਼ ਹੋ ਸਕਦਾ, 10 ਵਾਰੀ ਵੀ ਕੋਈ ਪ੍ਰੋਬਲਮ ਨਹੀਂ ਜੇ ਤੁਹਾਡੇ ਡਾਕੂਮੈਂਟ ਜੈਨੂਇਨ ਹੈ। ਪਰ ਜਦ ਤੁਹਾਨੂੰ ਇਹ ਹੀ ਨਹੀਂ ਪਤਾ ਅਗਲੇ ਬੰਦੇ ਨੇ ਕੀ ਡਾਕੂਮੈਂਟ ਲਗਾਏ, ਕੀ ਪਤਾ ਤੁਹਾਨੂੰ ਬੈਨ ਲੱਗਿਆ ਹੋਵੇ ਜੀ, ਉਹੀ ਨਾ, ਜਿਵੇਂ ਕਿ ਚਲੋ ਠੀਕ ਹੈ ਰਿਜੈਕਸ਼ਨ ਆ ਗਈ, ਚਲੋ 10-2 ਬੱਚੇ ਨੂੰ ਰਿਜੈਕਸ਼ਨ ਆ ਗਈ, ਹੁਣ ਸਾਲ ਬੱਚਾ ਵੇਟ ਕਰ ਰਿਹਾ, ਨਾ ਉਹਨੂੰ ਦੱਸਿਆ ਜਾ ਰਿਹਾ, ਦੈਟ ਮੀਨਸ ਉਹਦਾ ਬੈਨ ਲੱਗਿਆ ਹੋਏਗਾ, ਕੋਈ ਨਾ ਕੋਈ ਗਲਤ ਚੀਜ਼ ਕੀਤੀ ਹੈ ਤਾਂ ਹੀ ਨਹੀਂ ਦੱਸ ਰਹੇ, ਨਹੀਂ ਤੇ ਰਿਜੈਕਸ਼ਨ ਦੱਸਣ ਚ ਕੀ, ਉਹ ਤੇ ਬੱਚੇ ਨੂੰ ਵੀ ਪਤਾ ਹੈ ਕਿ ਗਾਰੰਟੀ ਕੋਈ ਨਹੀਂ ਲੈ ਸਕਦਾ ਵੀਜ਼ੇ ਦੀ, ਲੇਕਿਨ ਇਹ ਕਿ ਪ੍ਰੋਬੇਬਿਲਟੀ ਕੀ ਹੈ, ਪ੍ਰੋਫਾਈਲ ਦੇਖ ਕੇ ਸਾਨੂੰ ਪਤਾ ਚੱਲ ਜਾਂਦਾ ਕਿ ਉਸ ਬੱਚੇ ਦਾ ਵੀਜ਼ਾ ਆਉਣ ਵਾਲਾ ਜਾਂ ਨਹੀਂ ਆਉਣ ਵਾਲਾ, ਬਾਕੀ ਉਹਦੇ ਲੱਕ ਵੀ ਹੈ, ਠੀਕ ਹੈ। ਹੁਣ ਜੇ ਆਪਾਂ ਗੱਲ ਕਰੀਏ US ਹੈ, ਇਸ ਟਾਈਮ US ਦੀ ਡੇਟਾ ਮਿਲਣੀ ਸ਼ੁਰੂ ਹੋ ਗਈ, ਇਹ ਜਿਹੜੇ ਬੱਚੇ ਰਿਜੈਕਸ਼ਨ ਵਾਲੇ ਹੈ, ਉਹ US ਦੀ ਮੈਂ ਪ੍ਰੋਪਰ ਇਨਫੋਰਮੇਸ਼ਨ ਲਵਾਂਗੀ, ਪਰ ਪਹਿਲਾਂ ਕਾਲਰ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ ਮਨੀ ਜੀ, ਦੱਸੋ ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਹਾਂਜੀ ਦੱਸੋ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਹੈਲੋ ਹੈਲੋ, ਸੋ ਤੁਹਾਡੀ ਆਵਾਜ਼ ਕੱਟ ਗਈ ਜੀ, ਦੁਬਾਰਾ ਕਾਲ ਕਰੋ ਜੀ। ਹਾਂਜੀ ਮੈਮ ਦੱਸੋ, ਯੂਐਸ
यूएस ਦਾ ਜਿਹੜਾ ਹੁਣ ਡੇਟਾ ਮਿਲਣੀ ਸ਼ੁਰੂ ਹੋ ਗਈ। ਡੇਟਾ ਮਿਲਣ ਦਾ ਮਤਲਬ ਜਿਹੜਾ ਤੁਹਾਡਾ ਹੁਣ ਵੀਜ਼ਾ ਚਾਂਸਸ ਬਹੁਤ ਅੱਛੇ ਹੈ। ਜਿਹੜੇ ਬੱਚੇ ਦਾ ਥੋੜਾ ਜਿਹਾ ਕੌਨਫੀਡੈਂਸ ਹੈ, ਕਮਿਊਨੀਕੇਸ਼ਨ ਸਕਿੱਲ ਥੋੜੇ ਜਿਹਾ ਠੀਕ ਹੈ, ਉੱਥੇ ਜਿਹੜੇ ਫੰਡਸ ਦੀ ਇਹ ਪ੍ਰੋਬਲਮ ਨਹੀਂ ਕਿ ਇੰਨੇ ਪੁਰਾਣੇ 6 ਮਹੀਨੇ ਪੁਰਾਣੇ ਚਾਹੀਦੇ, 3 ਮਹੀਨੇ ਪੁਰਾਣੇ ਚਾਹੀਦੇ। ਸਭ ਤੋਂ ਜ਼ਿਆਦਾ ਪਲੱਸ ਪੁਆਇੰਟ ਕੀ ਹੈ, ਫੀਸ ਆਫਟਰ ਵੀਜ਼ਾ ਜਿਹੜਾ ਤੁਸੀਂ ਪੈਕੇਜ ਕਰਦੇ ਹੋ ਇੱਥੇ ਲੋਡ ਨਹੀਂ ਹੈ, ਕਿਉਂਕਿ ਇੱਥੇ ਯੂਨੀਵਰਸਿਟੀਜ਼ ਦੀ ਫੀਸ ਹੀ ਆਫਟਰ ਵੀਜ਼ਾ ਜਾਣੀ ਹੈ। ਇੱਕ ਖਾਲੀ ਸਰਵਿਸ ਫੀਸ ਜਾਣੀ ਹੈ, ਐਮਬੈਸੀ ਫੀਸ ਜਾਣੀ ਹੈ, ਦੈਟਸ ਆਲ। ਸਾਰੀ ਫੀਸਾਂ ਵੀਜ਼ੇ ਦੇ ਬਾਅਦ ਹੈ ਤੇ ਤੁਹਾਨੂੰ ਇਹ ਪਲੱਸ ਪੁਆਇੰਟ ਹੈ। ਫੰਡਸ ਤੁਸੀਂ ਇੱਕ ਦਿਨ ਪੁਰਾਣੇ ਵੀ ਸ਼ੋਅ ਕਰ ਸਕਦੇ ਹੋ, ਤੇ ਤੁਹਾਡਾ ਜਿਹੜੀ ਇਹ ਜਿਹੜੀ ਪ੍ਰੋਬਲਮ ਆ ਰਹੀ ਹੈ ਫੀਸ ਆਫਟਰ ਵੀਜ਼ਾ, ਇਹ ਉਹ ਤੁਹਾਡੀ ਯੂਐਸ ਸਾਰਿਆਂ ਦੇ ਸੋਲਵ ਕਰ ਸਕਦਾ ਹੈ। ਔਰ ਮੈਂ ਇਸ ਚੀਜ਼ ਨੂੰ ਬਹੁਤ ਤੁਹਾਨੂੰ ਰਿਕਮੈਂਡ ਕਰੂੰਗੀ ਕਿ ਥੋੜ੍ਹਾ ਜਿਹਾ ਤੁਹਾਡਾ ਇੰਨੀ ਹਿੰਮਤ ਹੋਏ ਆਈ ਕੰਟੈਕਟ ਬਣਾ ਸਕੋ, ਔਰ ਥੋੜਾ ਜਿਹਾ ਤੁਸੀਂ ਆਪਣੇ ਦੇ ਪਰਸਨੈਲਿਟੀ ਤੇ ਕੰਮ ਕਰ ਸਕੋ। 5.5 ਬੈਂਡ ਵਾਲਾ ਬੱਚਾ ਵੀ ਵੀਜ਼ਾ ਲੈ ਜਾਏਗਾ, ਕਿਉਂਕਿ ਕਾਫੀ ਸਾਰੀ ਯੂਨੀਵਰਸਿਟੀ ਦੀ ਵਿਦਆਊਟ ਆਇਲਟਸ ਵੀ ਉਹ ਲੈ ਲੈਂਦੇ ਆ, ਡਿਊਲਿੰਗੋ ਟੈਸਟ ਤੋਂ ਵੀ ਲੈ ਲੈਂਦੇ ਆ। ਡਿਊਲਿੰਗੋ ਟੈਸਟ ਕੀ ਆ, ਘਰ ਬੈਠ ਕੇ ਤੁਸੀਂ ਕੰਪਿਊਟਰ ਤੇ ਐਗਜ਼ਾਮ ਦੇਣਾ, ਦੈਟਸ ਆਲ, ਵੈਰੀ ਸਿੰਪਲ ਟੈਸਟ। ਸੇਮ ਟਾਈਮ ਰਿਜ਼ਲਟ ਆ ਜਾਂਦਾ ਜਾਂ ਵਿਦਇਨ 48 ਆਵਰਸ ਰਿਜ਼ਲਟ ਆ ਜਾਂਦਾ, ਉਹ ਵੀ ਬਹੁਤ ਅੱਛਾ ਹੈ ਜੀ। ਨੈਕਸਟ ਕਾਲਰ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਹੈਲੋ, ਪਲੀਜ਼ ਟੀਵੀ ਸਕਰੀਨ ਤੋਂ ਸਾਈਡ ਤੇ ਆ ਕੇ ਗੱਲ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਮੈਂ ਆਡੀਬਲ। ਹਾਂਜੀ, ਦੱਸੋ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ ਮੈਮ, ਹੈਲੋ, ਸੁਮਿਤ ਗੱਲ ਕਰ ਰਹੇ ਹਾਂ ਮੈਂ ਲੁਧਿਆਣੇ ਤੋਂ। ਹਾਂਜੀ ਦੱਸੋ ਸੁਮਿਤ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਂ ਐਕਚੁਅਲੀ ਮੈਂ ਮੈਮ ਨੂੰ ਪੁੱਛਣਾ ਸੀਗਾ ਕਿ ਮੈਂ ਆਲਰੇਡੀ ਮੇਰੇ ਕੋਲ ਮੇਰਾ ਵੀਜ਼ਾ ਆ ਗਿਆ ਹੈ ਤੇ ਮੈਂ ਅਪਲਾਈ ਕੀਤਾ ਸੀਗਾ ਇੱਕ ਲੋਕਲ ਕੰਸਲਟੈਂਟ ਤੋਂ, ਐਂਡ ਆਈ ਜਸਟ ਵਾਂਟ ਟੂ ਨੋ। ਹਾਂਜੀ ਹਾਂਜੀ, ਦੱਸੋ ਦੱਸੋ। ਠੀਕ, ਮੈਂ ਪੁੱਛਣਾ ਸੀ ਕਿ ਮੇਰਾ ਡੈਫਰਮੈਂਟ ਮਿਲਿਆ ਮੈਨੂੰ ਕਮਿੰਗ ਜਨਵਰੀ 2023 ਇਨਟੇਕ ਦਾ। ਓਕੇ, ਐਂਡ ਮੇਰਾ ਮੈਡੀਕਲ ਇਜ਼ ਗੋਇੰਗ ਟੂ ਗੈਟ ਐਕਸਪਾਇਰਡ ਸਪਟੈਂਬਰ 20 ਨੂੰ ਹੋਣਾ ਹੈ। ਠੀਕ ਹੈ, ਤੁਸੀਂ ਆਪਣਾ ਮੈਡੀਕਲ ਸੁਮੇਤ ਜੀ ਕਰਾ ਲਓ ਔਰ ਅਪਲੋਡ ਕਰਨਾ ਪਏਗਾ। ਓਕੇ, ਇਹ ਮੈਂ ਇਹ ਪੁੱਛਣਾ ਸੀ ਕਿ ਮੈਡੀਕਲ ਜਿੱਦਾਂ ਹੁਣ ਮੈਂ ਸਪਟੈਂਬਰ 20 ਤੋਂ ਬਾਅਦ ਹੀ ਕਰਵਾ ਸਕਦਾ ਹਾਂ, ਪਹਿਲਾਂ ਕੀ ਹੋ ਜਾਏਗਾ? ਪਹਿਲੇ ਵੀ ਕਰਾ ਸਕਦੇ ਹੋ ਤੁਸੀਂ, ਅਪਲੋਡ ਕਰਾ ਦਿਓ ਥੋੜਾ ਜਿਹਾ ਪਹਿਲੇ ਕਰਾ ਕੇ। ਤੁਸੀਂ ਜਾਣਾ ਕਦ ਹੈ? ਤੁਹਾਡਾ ਜਨਵਰੀ 23 ਦਾ ਹੈ ਨਾ, ਤੇ ਇਟਸ ਅ ਲੌਂਗ ਟਾਈਮ ਨਾਓ, ਯਾ ਇਟਸ ਅ ਲੌਂਗ ਟਾਈਮ ਨਾਓ, ਸੋ ਇਨ ਸੈਪਟੈਂਬਰ ਓਨਲੀ ਯੂ ਕੈਨ ਡੂ ਐਂਡ ਯੂ ਕੈਨ ਅਪਲੋਡ ਦਾ ਮੈਡੀਕਲ, ਦੈਟਸ ਨਾਟ ਅ ਪ੍ਰੋਬਲਮ। ਜੀ 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 ਮੈਮ, ਤੇ ਆਪਾਂ ਗੱਲ ਕਰ ਰਹੇ ਸੀ ਯੂਐਸ ਦੀ, ਤੇ ਯੂਐਸ ਦੀ ਅੱਜ ਇੱਕ ਨਿਊਜ਼ ਵੀ ਆਈ ਹੈ ਜਿਹੜੀ ਮੈਂ ਤੁਹਾਨੂੰ ਅਪਡੇਟ ਕਰ ਦਿੰਦੀ ਹਾਂ। ਅਕਤੂਬਰ ਦੇ ਵਿੱਚ ਇਹ ਟੂਰਿਸਟ ਵੀਜ਼ਾ ਵੀ ਖੋਲ ਰਹੇ ਹੈ, ਦੈਟ ਮੀਨਸ ਸਾਰਾ ਵਰਲਡ ਜਿਹੜਾ ਓਵਰਆਲ ਖੁੱਲ ਚੁੱਕਿਆ ਆਲਮੋਸਟ। ਆਸਟ੍ਰੇਲੀਆ ਨੇ ਟੂਰਿਸਟ ਵੀਜ਼ਾ ਖੋਲ ਹੀ ਦਿੱਤਾ ਸੀਗਾ, ਐਂਡ ਯੂਐਸ ਨੇ ਵੀ ਆਪਣਾ ਜਿਹੜਾ ਟੂਰਿਸਟ ਵੀਜ਼ਾ ਅਕਤੂਬਰ ਦੇ ਵਿੱਚ ਹੁਣ ਉਹ ਵੀ ਡੇਟ ਮਿਲਣੀ ਸ਼ੁਰੂ ਹੋ ਜਾਣਗੇ। ਤੇ ਜਿਹੜੇ ਬੰਦੇ ਯੂਐਸ ਜਾਣਾ ਚਾਹ ਰਹੇ ਸੀ ਐਜ਼ ਅ ਟੂਰਿਸਟ, ਐਜ਼ ਅ ਫਰੈਂਡਸ ਨੂੰ ਮਿਲਣਾ ਜਾਂ ਕੁਛ ਵੀ ਹੈ, ਕਿਉਂਕਿ ਜਦ ਟੂਰਿਸਟ ਵੀਜ਼ਾ ਦਿੰਦੇ ਨਾ ਉਹ ਵੀ ਬਹੁਤ ਅੱਛਾ ਦਿੰਦੇ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਉਹਨਾਂ ਦੀ ਇਕਾਨਮੀ ਵਿੱਚ ਪੈਸਾ ਆਉਂਦਾ। ਟੂਰਿਸਟ ਜਿਹੜਾ ਜਾ ਕੇ ਸ਼ੋਪਿੰਗ ਵੀ ਕਰੇਗਾ, ਘੁੰਮੇ ਫਿਰੇਗਾ ਵੀ, ਹੋਟਲਸ ਵੀ ਬੁੱਕ ਕਰਾਏਗਾ, ਤੇ ਉਹ ਵੀ ਬਹੁਤ ਅੱਛਾ। ਜਿਹੜੇ ਬੱਚੇ ਮਤਲਬ ਇਹ ਲਾਈਕ 30 ਸਾਲ ਦੇ ਜਿਹੜੇ ਬੰਦੇ ਆ ਉਹ ਜਾ ਸਕਦੇ ਨੇ, ਕਿਉਂਕਿ ਆਲਮੋਸਟ ਆਪਾਂ ਕੈਨੇਡਾ ਦੀ ਗੱਲ ਕਰਦੇ ਆ, ਜੋ ਆਸਟ੍ਰੇਲੀਆ ਦੀ ਗੱਲ ਕਰਦੇ ਆ, ਕਹਿੰਦੇ ਕਿ ਟੂਰਿਸਟ ਵੀਜ਼ਾ ਜੇਕਰ ਤੁਹਾਡਾ ਆਪਣਾ ਕੋਈ ਬੱਚਾ ਉੱਥੇ ਹੈਗਾ, ਪੇਰੈਂਟਸ ਦਾ ਹੀ ਆਉਂਦਾ, ਉਹਨਾਂ ਦਾ ਆਲਮੋਸਟ 100% ਹੈ ਨਾ, ਯੰਗਸਟਰਸ ਦਾ ਘੱਟ ਆਉਂਦਾ ਕਹਿੰਦੇ ਨੇ, ਯੰਗਸਟਰਸ ਦਾ ਜੇ ਉਹਨਾਂ ਦਾ ਰਿਲੇਟਿਵ ਹੈ, ਜੇ 15 ਸਾਲ ਦਾ ਬੱਚਾ ਖਾਲੀ ਘੁੰਮਣ ਵਾਸਤੇ ਜਾ ਰਿਹਾ ਤੇ ਉਹਦੀ ਟਰੈਵਲਿੰਗ ਹਿਸਟਰੀ ਹੋਣੀ ਚਾਹੀਦੀ ਹੈ। ਜੀ ਹੈਲੋ ਹੈਲੋ, ਹਾਂਜੀ ਗੁੱਡ ਈਵਨਿੰਗ ਜੀ, ਕੌਣ ਗੱਲ ਕਰ ਰਹੇ ਹੋ? ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਜੀ, ਦੱਸੋ ਕਿੱਥੇ ਜਾਣਾ ਚਾਹੁੰਦੇ ਹੋ? ਇਹਨਾਂ ਦਾ ਬਹੁਤ ਅੱਛਾ ਕੇਸ ਹੈ ਕਿਉਂਕਿ ਇਨਕਮ ਬਹੁਤ ਅੱਛੀ ਦੱਸ ਰਿਹਾ। ਕਿੰਨੀ ਦੱਸੀ ਹੈ ਤੁਸੀਂ ਇਨਕਮ? ਇਨਕਮ ਕਿੰਨੀ ਹੈ ਜੀ? ਇਨਕਮ
ओके ओके ठीक ठीक है जी ठीक है जी। कोई गल नहीं, तुहानू ना फोन आएगा और तुहाडी सारी डिटेल, क्योंकि टूरिस्ट वास्ते बहुत ज्यादा डिटेल चाहिए। देखो मैं ना एज ए टूरिस्ट अपना टाइम ऑफिस तो दवांगे, ए शो दे विच असी स्टूडेंट नू ज्यादा टाइम दे रहे हैं, तुसी समझन दी कोशिश करो। शो तो बाद तुहानू डिटेल दे विच ऑफिस तो तुहानू कॉल आएगा ते डिटेल दे नाल तुहाडे नाल गल कीती जाएगी जी। जी मैम जी, यूएस दी गल फिर अधूरी रह गई अपनी, है ना। अपन टूरिस्ट वीजा इन्होंने स्टार्ट करता है, वो अपन मतलब ओदे सारे जा सकते ने प्रॉपर। बिल्कुल बिल्कुल, पूर्ण टूरिस्ट वीजा वास्ते भी है कि प्रॉपर जेड़ा है इंटरव्यू, एक यूएस एम्बेसी और जर्मन एम्बेसी इंटरव्यू बेस ते ही वीजा देंदे आ। ओके, बाकी किसी कंट्री च होए ना होए इंटरव्यू, बट इन्हां दोनों एम्बेसियां दा इंटरव्यू होंदा है। ते इंटरव्यू दा मतलब की है कि कोई ये नहीं कि बड़ी मुश्किल चीज है, तुसी जेन्युइन प्रोफाइल है, जिदा ये भाई साहब कह रहे सीगे जो देख रहे टीवी कि ITR है, उन्हों का मतलब एज है। देखो टूरिस्ट वीजा दी दो तीन चीजा होंदियां, जे एज तुहाडी ठीक है, तुहाडी इनकम ठीक है, तुहाडा जिद्दां इन्हां दा पोल्ट्री फार्म दा बिजनेस चल रहा है, एक अच्छा प्रोफाइल बन जांदा है और इन्हां नूं वीजा रिजेक्शन दे चांसेस नहीं होंदे। ओके जी, नेक्स्ट कॉलर। हैलो हैलो, सत श्री अकाल जी, कौन गल कर रहे हो? हैलो, टीवी ते आवाज ना सुनो, फोन ते गल करो प्लीज। कौन गल कर रहे हो जी? टीवी ते गल ना सुनो, फोन ते गल करो प्लीज। टीवी तो साइड ते हो जाओ, दसो कौन गल कर रहे हो, की सवाल है? स्पाउस वीजा कितो दा पूछना चाहने हो? ऑस्ट्रेलिया। ऑस्ट्रेलिया की प्रोफाइल है तुहाडा? क्या प्रोफाइल की है, की स्टडी कीती इत्थे तुसी? एमए हिस्ट्री कीती है। कदों कंप्लीट हुई सीगी, किन्ने परसेंट नंबर आए सी? हो जाएगी कंप्लीट। और स्पाउस दे नाल ऑस्ट्रेलिया जाना चाहते हो, है ना? स्पाउस दी की क्वालिफिकेशन है? ओके ओके ठीक है, क्वालिफिकेशन की है स्पाउस दी तुहाडी? देखो इन्हों दा मैं दस दी हां, टीवी स्क्रीन ते आंसर सुन लो। एमए कीती है, एमए इज ज्यादा पढ़े हुए, हुन देखना पेगा इन्हां ने कोरेस्पोंडेंस कीती है तो कोई फर्क नहीं पैंदा। ग्रेजुएशन कद कीती है, ग्रेजुएशन केड़े सब्जेक्ट चो कीती है, इन्नी इनफॉरमेशन तो मेरे ख्याल पूरे 3 मिनट दे विच ही निकल जाने। हां बिल्कुल, केड़ी यूनिवर्सिटी तो कीती है, किन्नी परसेंटेज है, किन्ना गैप है, जॉब कर रहे हैं ते प्रोफाइल की है, मतलब की ड्यूटीज कर रहे हैं, उन्हां दी सैलरी किद्दां आ रही है, हस्बैंड दी की प्रोफाइल है, इस करके इन्होंने क्वेरी रेज कीती है। इन्हां नूं अज शामी फोन आ जाएगा, अपनी सारी डिटेल्स दस देन, हुण थोड़ी देर च इन्हां नूं फोन आ जाएगा शो दे बाद, और उहदे विच सारी डिटेल दस देन, और मैं आप इन्हां तों गल करूंगी। जिहड़े भी बच्चे सीरियस है, जिहड़े साडी काउंसलिंग प्रॉपर लैणा चाहुंदे आ, उहनां दे नाल आई एम हैप्पी टू टॉक विद दैम। बट इह कि खाली जिहड़े टाइम पास वास्ते करदे आ ना, then you are wasting your time and nobody want to waste their time. Right. ਕਿ ਹਨਾ ਜਿਹੜਾ ਬੱਚਾ serious ਹੈ, ਹੁਣ ਅੱਜ ਇੱਕ ਵੀਜ਼ਾ ਆਇਆ ਉਸ ਬੱਚੇ ਆਸਟ੍ਰੇਲੀਆ ਦਾ, ਉਸ ਬੱਚੇ ਦਾ ਨੈਕਸਟ, ਕਿਉਂਕਿ ਤੁਸੀਂ ਮੇਰੇ ਖਿਆਲ ਉਹ ਰਿਕਾਰਡਿੰਗ ਵਗੈਰਾ ਨਹੀਂ ਦਿਖਾਉਂਦੇ ਹੋ, ਜੇ ਮੈਂ ਉਹਦਾ ਦਿਖਾਵਾਂ ਕਹਿੰਦਾ ਮੈਡਮ ਮੇਰਾ ਇੰਨਾ ਟਫ ਕੇਸ ਸੀਗਾ ਕਿ ਕੋਈ ਵੀ ਇਸ ਕੇਸ ਨੂੰ ਹੈਂਡਲ ਨਹੀਂ ਕਰ ਸਕਦਾ ਸੀਗਾ, ਕਿਉਂਕਿ ਤੁਸੀਂ ਕਿੰਨੇ ਟੈਕਨੀਕਲ ਨੌਲੇਜ ਤੁਹਾਨੂੰ ਹੈ, ਉਹੀ ਬੰਦਾ ਇੱਕ ਕੇਸ ਦੇ ਨਾਲ ਜਿਹੜਾ ਜਸਟਿਸ ਕਰ ਸਕਦਾ ਹੈ। ਅੱਜ ਕੱਲ੍ਹ ਤੇ ਜਿਹੜਾ 80% ਤੇ ਝੂਠ ਚੱਲ ਰਿਹਾ, ਔਰ ਝੂਠ ਦੇ ਵਿੱਚ ਕਦੇ ਵੀਜ਼ੇ ਨਹੀਂ ਲੱਗਦੇ, ਔਰ ਤੀਰ ਤੁੱਕੇ ਹੁੰਦੇ ਆ, ਠੀਕ ਹੈ, ਜਿਹੜਾ ਸੱਚਾਈ ਨਾਲ ਤੁਹਾਡਾ ਕੰਮ ਕਰੇ, ਔਰ ਖਾਲੀ ਵੀਜ਼ਾ ਲਗਾਉਣਾ ਹੀ ਕੰਮ ਨਹੀਂ ਆ, ਵੀਜ਼ੇ ਦੇ ਬਾਅਦ ਤੁਹਾਡੀ ਅਪਰਚੁਨਿਟੀਜ਼ ਕੀ ਹੈ, ਤੁਸੀਂ ਉੱਥੇ ਜਾ ਕੇ ਕੀ ਕਰੋਗੇ, ਔਰ ਉੱਥੇ ਜਾ ਕੇ ਕੀ ਸੈਟਲਮੈਂਟ ਤੁਹਾਡੀ ਬਣ ਰਹੀ ਹੈ, ਤੁਹਾਡੇ ਪੈਸੇ ਨਾਲ ਜਸਟਿਸ ਹੋ ਰਹੀ, ਜਿਹੜੀ ਤੁਸੀਂ ਫੀਸਾਂ ਭਰੀਆਂ, ਉਹਦੇ ਉੱਪਰ ਤੁਹਾਡਾ ਸਾਰਾ ਪ੍ਰੋਫਾਈਲ ਡਿਪੈਂਡ ਕਰਦਾ, ਔਰ ਇੱਕ ਨੌਲੇਜ ਵਾਲੇ ਬੰਦੇ ਹੀ ਕਰ ਸਕਦੇ ਜੀ। ਅੱਛਾ ਮੈਮ, ਮੈਂ ਗੱਲ ਕਰਨਾ ਚਾਹਾਂਗੀ, ਜਿਵੇਂ ਕਿ ਪਲੱਸ ਟੂ ਦੇ ਐਗਜ਼ਾਮ ਹੋਏ ਨੇ ਪਰ ਹਜੇ ਤੱਕ ਰਿਜ਼ਲਟ ਨਹੀਂ ਆਏ, ਹੈ ਨਾ, ਤਾਂ ਹੁਣ ਬੱਚੇ ਰਿਜ਼ਲਟ ਦੀ ਵੇਟ ਕਰਨ ਜਾਂ ਫਿਰ ਕੰਡੀਸ਼ਨ? ਦੇਖੋ ਸਭ ਤੋਂ ਪਹਿਲੇ ਇਹ ਕਿ ਰਿਜ਼ਲਟ ਦੀ ਵੇਟ ਜਦ ਤੱਕ ਕਰ ਰਹੇ ਆ, ਅੱਜ ਕੱਲ੍ਹ ਹਰ ਸਕੂਲ ਲਿਖ ਕੇ ਦੇ ਦਿੰਦਾ ਅਪੀਅਰਡ ਦਾ, ਉਹਦੇ ਉੱਪਰ ਕੰਡੀਸ਼ਨਲ ਆਫਰ ਲੈਟਰ ਆ ਜਾਂਦੀ ਹੈ, ਜਦ ਤੱਕ ਆਇਲਸ ਕਰਨ, ਕਾਉਂਸਲਿੰਗ ਲੈਣ, ਫੰਡਿੰਗ ਕਿੰਦਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹੁਣ ਆਪਾਂ ਗੱਲ ਕਰੀਏ, ਕੈਨੇਡਾ ਤੇ ਗੱਲ ਕੀਤੀ ਸੀਗੀ, ਆਸਟ੍ਰੇਲੀਆ ਤੇ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਫੰਡਿੰਗ ਹੈ ਆਲਮੋਸਟ 25-27 ਮਤਲਬ 22 ਤੋਂ ਲੈ ਕੇ 28-30 ਲੱਖ ਤੱਕ ਡਿਪੈਂਡ ਔਨ ਯੂਨੀਵਰਸਿਟੀ, ਕਿਉਂਕਿ 1 ਈਅਰ ਲਿਵਿੰਗ ਐਕਸਪੈਂਸਿਸ ਆਲਮੋਸਟ ਸੇਮ ਰਹਿਣਗੇ ਹਰ ਜਗ੍ਹਾ,
ਜਿਹੜਾ ਟਰੈਵਲਿੰਗ ਐਕਸਪੈਂਸਿਸ ਵੀ ਸੇਮ ਰਹਿਣਗੇ, ਜਿਹੜੇ ਫਰਕ ਆਉਂਦਾ ਜਿਹੜਾ ਮੈਂ 22-30 ਲੱਖ ਕਹਿ ਰਹੀ ਹਾਂ ਉਹ ਡਿਪੈਂਡ ਕਰਦਾ ਫੀਸ ਤੇ। ਜੇ ਫੀਸ ਘੱਟ ਹੈ ਤੇ ਤੁਹਾਡਾ 22 ਲੱਖ ਵਾਲੇ ਬ੍ਰੈਕਟ 'ਚ ਆ ਗਏ, ਔਰ ਜੇ ਫੀਸ ਥੋੜੀ ਵੱਧ ਗਈ ਜਾਂ 2 ਲੱਖ ਵੱਧ ਗਈ ਤੇ 2 ਲੱਖ ਉੱਧਰ ਸ਼ੋਅ ਕਰਨ 'ਚ ਵੱਧ ਗਿਆ, 5-7 ਲੱਖ ਵੱਧ ਗਈ ਜੇ ਯੂਨੀਵਰਸਿਟੀ ਵੱਡੀ ਹੈ ਤੇ ਜ਼ਿਆਦਾ। ਦੈਟ ਮੀਨਸ ਕਿ 6 ਮਹੀਨੇ ਪੁਰਾਣੇ ਫੰਡ ਸ਼ੋਅ ਕਰਨੇ ਹੁੰਦੇ ਆ। ਜੇ ਤੁਸੀਂ ਹੁਣ ਕਾਉਂਸਲਿੰਗ ਲਓਗੇ ਫੰਡਿੰਗ ਦਾ ਆਪਣਾ, ਸੌਰੀ 6 ਮਹੀਨੇ ਕਹਿ ਰਹੀ 3 ਮੰਥਸ ਓਲਡ, ਤੇ ਤੁਸੀਂ ਹੁਣ ਤੋਂ ਆਪਣਾ ਮੈਨੇਜ ਕਰੋਗੇ, 1.5-2 ਮਹੀਨੇ ਤੁਹਾਨੂੰ ਆਇਲਸ ਨੂੰ ਲੱਗ ਜਾਣੇ, ਪੇਪਰ ਬਣਨੇ 3 ਮਹੀਨੇ ਹੋ ਜਾਣੇ, ਤੁਹਾਡੀ ਫੰਡਿੰਗ ਬੜੀ ਕਲੀਅਰ ਹੋ ਜਾਣੀ ਹੈ ਜੀ। ਨੈਕਸਟ ਕਾਲਰ, ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ, ਦੱਸੋ ਹਰਪ੍ਰੀਤ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਦੱਸੋ ਹਰਪ੍ਰੀਤ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ, ਹਾਂਜੀ ਹਾਂਜੀ, ਟੀਵੀ ਫੋਨ ਤੇ ਗੱਲ ਕਰੋ, ਟੀਵੀ ਤੋਂ ਸਾਈਡ ਤੇ। ਕਿੱਥੇ ਜਾਣਾ, ਕਿੱਥੇ ਹੋ ਤੁਸੀਂ? ਇੰਗਲੈਂਡ ਜਾਣਾ ਚਾਹੁੰਦੇ ਹੋ? GNM ਕੀਤੀ ਹੈ, ਕਦੋਂ ਹੋਈ ਸੀ ਤੁਹਾਡੀ GNM? ਉਸ ਤੋਂ ਬਾਅਦ ਜੌਬ ਕਰ ਰਹੇ ਹੋ? ਠੀਕ ਹੈ, ਠੀਕ ਹੈ ਹਰਪ੍ਰੀਤ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਓ ਪਲੀਜ਼। ਇਹਨਾਂ ਨੇ UK ਜਾਣਾ GNM ਦੇ ਵਾਸਤੇ। UK ਦੇ ਵਿੱਚ ਜਿਹੜਾ ਅਸਿਸਟੈਂਟ ਕੇਅਰ ਦਾ ਬਹੁਤ ਅੱਛਾ ਜਿਹੜਾ ਹੈ, ਇਟਸ ਕਾਈਂਡ ਆਫ ਇੰਟਰਨਸ਼ਿਪ ਕਹਿ ਲਓ ਜਾਂ ਜੌਬ ਆਫਰ ਦੇ ਨਾਲ ਇਹ ਜਾ ਸਕਦੇ ਆ, ਜਿਹਦੇ ਵਿੱਚ ਹਸਬੈਂਡ ਇਹਨਾਂ ਦੇ 3 ਮੰਥਸ ਬਾਅਦ ਇਹਨਾਂ ਨੂੰ ਅਕੰਪਨੀ ਕਰ ਸਕਦੇ ਆ। ਹੁਣ ਜੇ ਸਟੱਡੀ ਵੀਜ਼ਾ ਤੇ ਜਾਂਦੇ ਆ, ਇਹਨਾਂ ਨੇ ਇੱਕ ਹੋਰ ਪੁੱਛਿਆ ਸੀ, ਉਹਦੇ ਵਿੱਚ ਜਿਹੜੀ ਆਇਲਸ ਰਿਕੁਆਇਰਮੈਂਟ ਹੈ ਜਸਟ 5 ਬੈਂਡ, ਨਾਟ ਮੋਰ ਦੈਨ ਦੈਟ। ਬਟ ਇਹ GNM ਦੇ ਬੇਸ ਹੈ, BSA ਟੋਪ ਅਪ ਜਾਂ ਕੋਈ ਯੂਨੀਵਰਸਿਟੀ ਦੇਗੀ, ਕਿਉਂਕਿ ਕਾਫੀ ਸਾਰੀ ਯੂਨੀਵਰਸਿਟੀਆਂ ਇਹਨਾਂ ਨੂੰ ਬੈਚੁਲਰ ਦੁਬਾਰਾ ਦੇਣਗੀਆਂ, ਤੇ ਟੋਪ ਅਪ ਜਬ ਮਿਲਦਾ ਤਾਂ ਇਹਨਾਂ ਨੂੰ 6.5 ਬੈਂਡ, ਨਾਟ ਲੈਸ ਦੈਨ 6 ਬੈਂਡ ਦੀ ਰਿਕੁਆਇਰਮੈਂਟ ਹੋਏਗੀ। ਰੀਜ਼ਨ ਬੀਂਗ, ਮੈਡੀਕਲ ਕੋਰਸਿਸ ਦੇ ਵਿੱਚ ਆਇਲਸ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ, ਤੇ ਮੇਰੇ ਖਿਆਲ ਇਹਨਾਂ ਦਾ ਅਸਿਸਟੈਂਟ ਕੇਅਰ ਵਾਲਾ ਜਿਹੜਾ ਵੀਜ਼ਾ ਉਹ ਸਭ ਤੋਂ ਜ਼ਿਆਦਾ ਇਹਨਾਂ ਦਾ ਵਧੀਆ ਰਹੇਗਾ। ਓਕੇ, ਠੀਕ ਹੈ ਜੀ। ਸੋ ਹਰਪ੍ਰੀਤ, ਆਈ ਹੋਪ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ, ਕਿਉਂਕਿ ਉਸ ਤੋਂ ਵਧੀਆ ਵੀਜ਼ਾ ਹੋ ਵੀ ਨਹੀਂ ਸਕਦਾ। ਉਹਦੇ ਵਿੱਚ ਨਾਲ ਹੀ ਇਹਨਾਂ ਨੂੰ ਜੌਬ ਮਿਲੇਗੀ, ਜੌਬ ਦੇ ਨਾਲ ਇਹ ਜਾਣਗੇ, 3 ਮੰਥਸ ਦੇ ਬਾਅਦ ਇਹਨਾਂ ਦੇ ਸਪਾਊਸ ਜਾਂ ਬੱਚਾ ਜਿਹੜਾ ਉਹ ਇਹਨਾਂ ਨੂੰ ਅਕੰਪਨੀ ਕਰ ਸਕਦਾ। ਓਕੇ ਓਕੇ, ਠੀਕ ਹੈ ਜੀ। ਅੱਛਾ ਮੈਮ, ਆਪਾਂ ਰਿਜ਼ਲਟ ਦੀ ਗੱਲ ਕੀਤੀ ਹੈ, ਉਹ ਤੁਸੀਂ ਦੱਸ ਰਹੇ ਸੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਨੇ? ਬਿਲਕੁਲ ਬਿਲਕੁਲ, ਕਿਹੜੀ ਕੰਟਰੀ ਵਾਸਤੇ ਕਰਨਾ ਉਹਦੇ ਉੱਪਰ ਡਿਪੈਂਡ ਕਰਦਾ, ਕਿਉਂਕਿ ਹੁਣ ਸਾਰੀ ਕੰਟਰੀਆਂ ਖੁੱਲ ਗਈਆਂ, ਹੁਣ ਨਿਊਜ਼ੀਲੈਂਡ ਵੀ ਨੈਕਸਟ ਮੰਥ ਖੁੱਲ ਰਿਹਾ, ਤੇ US ਦਾ ਟੂਰਿਸਟ ਵੀਜ਼ਾ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ, ਅਪਡੇਟ ਕਰਤਾ, ਨਿਊਜ਼ੀਲੈਂਡ ਵੀ ਆਪਣਾ ਖੋਲ ਰਿਹਾ, ਤੇ ਇਟਸ ਨਾਓ ਇਹ ਗੋਲਡਨ ਚਾਂਸ, ਜਿਹੜੇ ਵੀ ਬੱਚੇ 2 ਸਾਲ ਤੋਂ ਰੁਕੇ ਸੀ ਤਾਂ ਹੀ ਹਰ ਅੰਬੈਸੀ ਚ ਹੁਣ ਭੀੜ ਲੱਗੀ ਹੋਈ ਹੈ, ਜਿਹੜੇ ਬੱਚੇ ਨਹੀਂ ਗਏ ਸੀਗੇ ਸਾਰੇ ਹੁਣ ਅਪਲਾਈ ਕਰ ਰਹੇ ਆ, ਔਰ ਜਿਹੜੇ ਵੀ ਹੁਣ ਸਟੂਡੈਂਟਸ ਜਿਹੜੇ ਜਿਨ੍ਹਾਂ ਦੇ ਐਗਜ਼ਾਮਸ ਹੋ ਗਏ ਆ ਉਹ ਆਇਲਸ ਪ੍ਰੈਪਰੇਸ਼ਨ ਕਰ ਲੈਣ, ਜੇ ਕੈਨੇਡਾ ਜਾਣਾ ਤੇ 6 ਬੈਂਡ ਈਚ ਐਟਲੀਸਟ, ਤੇ 6.5 ਦਾ ਟਾਰਗੇਟ ਰੱਖੋਗੇ ਤੇ 6 ਬੈਂਡ ਈਚ ਪਲੱਸ 2 ਵਾਸਤੇ, ਔਰ ਪੋਸਟ ਗ੍ਰੈਜੂਏਸ਼ਨ ਵਾਸਤੇ 6.5, ਨਾਟ ਲੈਸ ਦੈਨ 6, ਕਿਉਂਕਿ ਯੂਨੀਵਰਸਿਟੀਆਂ ਦੇ ਆਫਰ ਲੈਟਰ ਮਿਲਣਾ ਅਦਰਵਾਈਜ਼ ਬੜਾ ਮੁਸ਼ਕਿਲ ਹੁੰਦਾ, ਐਂਡ ਆਲਮੋਸਟ ਸੇਮ ਰਿਕੁਆਇਰਮੈਂਟ ਆਸਟ੍ਰੇਲੀਆ ਵਾਸਤੇ ਚੱਲਦੀ ਹੈ, ਕਿਉਂਕਿ ਆਸਟ੍ਰੇਲੀਆ ਜਿਹੜਾ ਹੈ 55% 'ਚ ਤੁਹਾਨੂੰ ਪਤਾ ਕਿ ਐਡਮਿਸ਼ਨ ਮਿਲਣਾ ਇਜ਼ ਬਹੁਤ ਮੁਸ਼ਕਿਲ ਹੈ, 60-65-70-80% ਤੇ ਤੁਹਾਡਾ ਪ੍ਰੋਫਾਈਲ ਅੱਛਾ ਹੋ ਜਾਂਦਾ। ਦੇਖੋ ਟੈਕਨੀਕਲ ਚੀਜ਼ਾਂ ਇਹ ਹੈ ਕਿ ਜਿਹੜੇ ਬੱਚਿਆਂ ਨੇ ਐਗਜ਼ਾਮਸ ਦਿੱਤੇ ਆ ਉਹ ਆਇਲਸ ਤੇ ਪੂਰੀ ਮਿਹਨਤ ਕਰਦੇ ਨੇ, ਮੰਨ ਲਓ 1-2% ਇੱਧਰ ਉੱਧਰ ਹੋ ਗਏ, ਆਇਲਸ ਅੱਛੀ ਹੈ ਕਿਉਂਕਿ ਗੈਪ ਕੋਈ ਨਹੀਂ, ਫਰੈਸ਼ ਪਾਸ ਆਊਟ ਹੈ, ਆਇਲਸ ਅੱਛੀ ਆ ਗਈ, ਫੰਡਿੰਗ ਉਹਨਾਂ ਨੇ ਠੀਕ ਕਰਾ ਲਈ ਤੇ ਉਹਨਾਂ ਦਾ ਕੋਈ ਗ੍ਰੇ ਏਰੀਆ ਨਹੀਂ ਰਿਹਾ, ਤੇ ਵੀਜ਼ਾ ਉਹਨਾਂ ਦਾ ਆਲਮੋਸਟ 100% ਸ਼ੋਰ ਹੋ ਜਾਂਦਾ ਹੈ। ਆਲਦੋ ਨੋਬਡੀ ਕੈਨ ਗਿਵ ਯੂ ਨੋ ਕਿ, ਲੇਕਿਨ ਇਹ ਕਿ ਚਾਂਸਿਸ ਕਿੱਦਾਂ, ਕਿਸ ਪ੍ਰੋਫਾਈਲ ਨਾਲ ਕੀ ਚਾਂਸਿਸ ਹੈ, ਜੇ ਇਹਨਾਂ ਨੇ ਸਬਜੈਕਟਸ ਅੱਛੇ ਰੱਖੇ ਹੋਏ ਆ ਹੋਰ ਜ਼ਿਆਦਾ ਅੱਛੇ ਚਾਂਸਿਸ ਹੈ, ਜੇ ਤੁਸੀਂ ਉਹਦੇ ਵਿੱਚ ਹੋਮ ਸਾਇੰਸ, ਪੇਂਟਿੰਗ ਇੱਦਾਂ ਦੇ ਸਬਜੈਕਟ ਰੱਖ ਲਏ ਤੇ ਨੈਚੁਰਲ ਹੈ ਤੁਹਾਨੂੰ ਐਡਮਿਸ਼ਨ ਮਿਲਣਾ ਬੜਾ ਮੁਸ਼ਕਿਲ ਹੋ ਜਾਂਦਾ। ਇਹਨਾਂ ਦਾ ਕ੍ਰਾਈਟੀਰੀਆ ਇਹ ਹੈ ਕਿ ਆਸਟ੍ਰੇਲੀਆ ਹਮੇਸ਼ਾ ਅੱਛੇ ਬੱਚਿਆਂ ਨੂੰ ਲੈਂਦਾ ਜਿਹਦੇ ਵਿੱਚ ਸਬਜੈਕਟ ਅੱਛੇ ਹੋਣ, ਮੈਡੀਕਲ, ਨਾਨ ਮੈਡੀਕਲ ਜਾਂ ਆਰਟਸ ਦੇ ਵਿੱਚ ਤੁਹਾਡੇ ਸਬਜੈਕਟ ਇੱਦਾਂ ਦੇ ਹੋਣ ਜਿੱਦਾਂ ਤੁਹਾਡੇ ਇਕਨੋਮਿਕਸ ਹੋ ਗਿਆ, ਮੈਥ ਹੋ ਗਏ, ਸਾਈਕੋਲੋਜੀ ਹੋ ਗਈ, ਮਤਲਬ ਅੱਛੇ ਵਾਲੇ ਸਬਜੈਕਟਸ, 4 ਸਬਜੈਕਟਸ ਅਕਾਊਂਟ ਕਰਦੇ ਆ। ਓਕੇ, ਠੀਕ ਹੈ ਜੀ। ਜੀ ਮੈਮ, ਇਸ ਤੋਂ ਇਲਾਵਾ ਲਾਸਟ ਦੇ ਵਿੱਚ ਕੋਈ ਸੁਜੈਸ਼ਨ, ਕੋਈ ਮੈਸੇਜ ਸਾਡੀ ਆਡੀਅੰਸ ਨੂੰ ਤੁਸੀਂ ਦੇਣਾ? ਦੇਖੋ, ਮੈਸੇਜ ਤੇ ਇਹੀ ਹੈ ਕਿ ਤੁਸੀਂ ਜਿਹੜਾ ਇਸ ਟਾਈਮ ਫਰੈਸ਼ ਪਾਸ ਆਊਟ ਹੋ ਆਪਣਾ ਆਇਲਸ ਦੇ ਉੱਪਰ ਪੂਰਾ ਧਿਆਨ ਦਿਓ, ਮੇਰੇ ਕੋਲ ਆਓ, ਵੀ ਵਿਲ ਨਾਟ ਚਾਰਜ ਐਨੀਥਿੰਗ, ਰਾਈਟ? ਤੇ ਤੁਸੀਂ ਜਿਹੜਾ ਆਪਣੀ ਆਇਲਸ ਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਦੈਨ ਤੁਸੀਂ ਆਪਣਾ ਜਨਵਰੀ ਵਾਸਤੇ ਹੁਣ ਐਡਮਿਸ਼ਨ ਸ਼ੁਰੂ ਹੋ ਗਏ ਕੈਨੇਡਾ। ਈਵਨ ਤੁਸੀਂ ਹੁਣ ਦੇਖੋਗੇ ਆਉਣ ਵਾਲੇ ਟਾਈਮ 'ਚ
ਅਗਲੇ ਮਹੀਨੇ ਦੇ ਅੰਦਰ ਅੰਦਰ ਤੁਹਾਡੀ ਜਨਵਰੀ ਦੇ ਵੀ ਸੀਟਾਂ ਖਤਮ ਹੋ ਜਾਣਗੀ। ਕੈਨੇਡਾ ਦੇ ਰਸ਼ ਬੜਾ ਚੱਲ ਰਿਹਾ, ਤੁਸੀਂ ਇਮੀਡੀਏਟ ਆਫਰ ਲੈਟਰ ਅਪਲਾਈ ਕਰੋ ਐਂਡ ਡੋਂਟ ਵੇਸਟ ਯੋਰ ਟਾਈਮ, ਇਮੀਡੀਏਟਲੀ ਅਪਲਾਈ। ਔਰ ਇੱਕ ਚੰਗਾ ਕੰਸਲਟੈਂਟ ਨੈਵੀਗੇਟਰ 26 ਸਾਲ ਤੋਂ ਕੰਮ ਕਰ ਰਿਹਾ, ਤੁਸੀਂ ਆਪਣਾ ਟਾਈਮ ਨਾ। ਜੀ ਮੈਮ, ਲਾਸਟ ਆਪਾਂ ਕਾਲ ਲੈ ਲੈਂਦੇ ਹਾਂ, ਸਮਾਂ ਬਹੁਤ ਘੱਟ ਬਚਿਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਰਦੀਪ ਸਿੰਘ ਗੱਲ ਕਰ ਰਹੇ। ਹਾਂਜੀ ਹਰਦੀਪ ਜੀ, ਦੱਸੋ ਕੀ ਸਵਾਲ ਹੈ? ਮੇਰਾ ਸਵਾਲ ਸੀਗਾ ਜੀ ਕਿ ਮੇਰਾ ਨਾ ਬਾਰਵੀਂ ਚੋਂ ਮਤਲਬ ਕਿ ਬਾਰਵੀਂ 2020 ਪਾਸ ਕੀਤੀ ਹੈ ਜੀ, ਤੇ ਉਸ ਤੋਂ ਬਾਅਦ ਕਿ ਆਪਣਾ ਨਾ ਵੀ ਯੂਕੇ ਦਾ ਆਈਲੈਟਸ ਬਣਵਾਉਣਾ ਸੀਗਾ ਆਪਾਂ ਵੀਜ਼ਾ, ਤੇ ਵਿਦਆਊਟ ਆਈਲੈਟਸ ਬਣਵਾਉਣਾ ਸੀਗਾ, ਉਹ ਹੋ ਸਕਦਾ ਜੀ? ਡਿਫਿਕਲਟ ਹੈ ਜੀ। ਜੀ ਹਰਦੀਪ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਓ। ਵੈਸੇ ਸਮਾਂ ਘੱਟ ਗਿਆ ਤੇ ਮੈਨੂੰ ਲੱਗਦਾ ਕਿ ਤੁਸੀਂ ਫੋਨ ਕਰਕੇ ਤੁਹਾਡੀ ਟੀਮ ਪ੍ਰੋਪਰ ਇਹਨਾਂ ਨੂੰ ਨੋਲੇਜ ਦੇ ਦੇਗੀ। 2020 ਦੇ ਵਿੱਚ ਇਹਨਾਂ ਨੇ ਉਹ ਕੀਤਾ ਨਾ, ਕਿਤੇ ਅਪਲਾਈ ਕਰ ਸਕਦੇ ਆ, ਨਾਟ ਏ ਪ੍ਰੋਬਲਮ। ਹੁਣ ਸਾਡੇ ਸਟਾਫ ਦਾ ਕਾਲ ਆਏਗਾ, ਉਹ ਪ੍ਰੋਪਰ ਪੂਰੀ ਇਨਫੋਰਮੇਸ਼ਨ। ਬਿਲਕੁਲ ਜੀ, ਸੋ ਥੈਂਕ ਯੂ ਸੋ ਮਚ ਮੈਮ, ਤੁਸੀਂ ਟਾਈਮ ਕੱਢਿਆ ਸਾਡੇ ਸਟੂਡੈਂਟਸ ਲਈ। ਥੈਂਕ ਯੂ, ਥੈਂਕਸ ਅ ਲੋਟ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਸ ਮੰਚ ਤੇ ਆਉਣ ਦੇ ਮੌਕਾ ਦੇਣ ਦਾ। ਥੈਂਕ ਯੂ ਸੋ ਮਚ। ਬਿਲਕੁਲ ਜੀ, ਸੋ ਜੇ ਤੁਸੀਂ ਕਾਲਸ ਨਹੀਂ ਕਰ ਪਾਏ, ਆ ਨੰਬਰ ਜਿਹੜੇ ਨੀਚੇ ਫਲੈਸ਼ ਹੋ ਰਹੇ ਨੇ, ਇਹਨਾਂ ਨੂੰ ਨੋਟ ਕਰੋ, ਇਹਨਾਂ ਤੇ ਕਾਲ ਕਰੋ ਜਲਦ ਤੋਂ ਜਲਦ। ਤੇ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ, ਤੇ ਸਾਡੇ ਕਿੰਚਾਵਾ ਪ੍ਰਦੇਸ਼ ਸ਼ੋਅ ਦੇ ਨਾਲ ਜੁੜੇ ਜ਼ਰੂਰ ਰਹੋ, ਹਰ ਸਵਾਲ ਦਾ ਜਵਾਬ ਤੁਹਾਨੂੰ ਇੱਥੋਂ ਮਿਲੇਗਾ। ਸਤਿ ਸ਼੍ਰੀ ਅਕਾਲ।